ਟੋਰਾਂਟੋ ਵਿੱਚ ਐਨੇ ਦਿਨੀ ਮੇਲਿਆਂ ਦੀ ਰੁੱਤ ਹੁੰਦੀ ਹੈ ਪਰ ਇੱਕ ਖਾਸ ਮੇਲਾ ਜਿਸ ਦਾ ਪੰਜਾਬੀਆਂ ਨੂੰ ਬੇਸਬਰੀ ਨਾਲ ਇੰਤਜ਼ਾਰ ਹੁੰਦਾ ਹੈ ਉਹ ਹੈ ਪੰਜਾਬੀ ਵਿਰਸਾ ਡੇ ਮੇਲੇ ਵਿੱਚ ਸਰੋਤਿਆਂ ਦਾ ਹਜੂਮ ਪੰਜਾਬੀ ਗਾਇਕੀ ਵੱਲ ਪਿਆਰ ਸਾਫ਼ ਦਰਸਾ ਰਿਹਾ ਸੀ ਆਪਣੇ ਪਸੰਦੀਦਾ ਗਾਇਕਾਂ ਨੂੰ ਸੁਣਨ ਲਈ ਦਰਸ਼ਕ ਵੱਡੀ ਤਾਦਾਦ ਵਿੱਚ ਇਕੱਠੇ ਹੋਏ ਮੇਲੇ ਦਾ ਰੰਗ ਬਣਨ ਲਈ ਸਟੇਜ ਤੇ ਆਏ ਸਰਬਜੀਤ ਚੀਮਾ ਜਿਨ੍ਹਾਂ ਆਪਣੀ ਗਾਇਕੀ ਨਾਲ ਵਾਕਈ ਹੀ ਮੇਲੇ ਵਾਲਾ ਮਾਹੌਲ ਪੈਦਾ ਕਰ ਦਿੱਤਾ ਪੰਜਾਬੀ ਵਿਰਸਾ ਡੇ ਸਾਰੇ ਮੇਲਿਆਂ ਚੋਂ ਬਹੁਤ ਪੁਰਾਣਾ ਮੇਲਾ ਔਰ ਬਹੁਤ ਵੱਡਾ ਮੇਲਾ ਜਿਹਦਾ ਟੋਰਾਂਟੋ ਦੇ ਨਾਲ ਨਾਲ ਦੁਨੀਆ ਭਰ ਦੇ ਵਿੱਚ ਇਹਦਾ ਨਾਂ ਹੈ ਲੋਕਾਂ ਨੂੰ ਪਤਾ ਕਿ ਵੰਡਰਲੈਂਡ ਟੋਰਾਂਟੋ ਦੇ ਵਿੱਚ ਮੇਲਾ ਲੱਗਦਾ ਸੋ ਇਹ ਜਿਹੜਾ ਮੇਲਾ ਇਸ ਸਾਲ ਵੀ ਇੱਕ ਕਮਾਲ ਦਾ ਮੇਲਾ ਹੋਇਆ ਜਿਹਦੇ ਵਿੱਚ ਬਹੁਤ ਵੱਡੀ ਤਾਦਾਦ ਦੇ ਵਿੱਚ ਲੋਕ ਪਹੁੰਚੇ ਚੀਮਾ ਤੋਂ ਬਾਅਦ ਵਾਰੀ ਆਈ ਯਾਰ ਅਨਮੁੱਲੇ ਫੇਮ ਸ਼ਹਿਰੀਮਾਨ ਦੀ ਜਿਨ੍ਹਾਂ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਰੋਤਿਆਂ ਨੇ ਉਹਨਾਂ ਦਾ ਰੱਜ ਕੇ ਸਵਾਗਤ ਕੀਤਾ ਨਾਲ ਹੀ ਆਪਣੇ ਪਸੰਦੀਦਾ ਗਾਣਿਆਂ ਦੀ ਫਰਮਾਇਸ਼ ਵੀ ਕੀਤੀ ਮੇਰਾ ਖਿਆਲ ਵੀ ਕੈਨੇਡਾ ਦਾ ਸਭ ਤੋਂ ਵੱਡਾ ਮੇਲਾ ਇਹ ਅਤੇ ਸਾਰੇ ਪੰਜਾਬ ਦੇ ਕਿੱਡੇ ਵੱਡੇ ਵੱਡੇ ਕਲਾਕਾਰ ਕਰੀਮ ਇੱਥੇ ਆਉਂਦੀ ਹੈ ਸੋ ਬੜਾ ਵਧੀਆ ਲੱਗੇ ਦੂਜੀ ਵਾਰ ਵੀ ਪਰਫੋਰਮ ਕਰਕੇ ਫਿਲਮ ਕਲਾਕਾਰ ਤੇ ਗਾਇਕ ਗਿੱਪੀ ਗਰੇਵਾਲ ਨੇ ਵੀ ਆਪਣੀ ਗਾਇਕੀ ਨਾਲ ਮੇਲੇ ਨੂੰ ਯਾਦਗਾਰ ਬਣਾਇਆ ਇੰਨਾ ਜ਼ਿਆਦਾ ਕਰਾਊਡ ਸੋ ਆਲਵੇਜ਼ ਹੀ ਬਾਸੀ ਸਾਹਿਬ ਇੰਨੇ ਵਧੀਆ ਆਰਟਿਸਟ ਅਤੇ ਇੰਨਾ ਵਧੀਆ ਕਰਾਊਡ ਇਕੱਠਾ ਕਰਦੇ ਨੇ ਅਤੇ ਦਰਜਣਾਂ 'ਚ ਕਲਾਕਾਰ ਸੀਗੇ ਅਤੇ ਆਡੀਅੰਸ ਦਾ ਤਾਂ ਅੰਤ ਹੀ ਨਹੀਂ ਕੁਛ ਅਤੇ ਸਾਨੂੰ ਹਮੇਸ਼ਾ ਆ ਕੇ ਵਧੀਆ ਲੱਗਦਾ ਅਤੇ ਇਸ ਵਾਰ ਵੀ ਆ ਕੇ ਬਹੁਤ ਵਧੀਆ ਲੱਗਦਾ ਅਖੀਰ ਵਿੱਚ ਸਟੇਜ ਦੀ ਸ਼ਾਨ ਬਣੇ ਬਲਜੀਤ ਮਾਲਵਾ ਜਿਨ੍ਹਾਂ ਦੀ ਲੰਬੀ ਹੇਕ ਨੇ ਇੱਕ ਵਾਰ ਫਿਰ ਸੁਰਜੀਤ ਪਿੰਦਰਕੀਆ ਨੂੰ ਯਾਦ ਕਰਾ ਦਿੱਤਾ ਅਤੇ ਲੋਕਾਂ ਨੂੰ ਬਣ ਕੇ ਬੈਠਣ ਲਈ ਮਜਬੂਰ ਕਰ ਦਿੱਤਾ ਪੰਜਾਬੀ ਵਿਰਸਾ ਡੇ ਦੇ ਆਯੋਜਕ ਜੋਗਿੰਦਰ ਬਾਸੀ ਨੇ ਸਮੂਹ ਦਰਸ਼ਕਾਂ ਦਾ ਧੰਨਵਾਦ ਕੀਤਾ ਅਤੇ ਅੱਗੇ ਤੋਂ ਵੀ ਅਜਿਹੇ ਸੱਭਿਆਚਾਰਕ ਪ੍ਰੋਗਰਾਮ ਉਲੀਕਣ ਦਾ ਵਾਅਦਾ ਕੀਤਾ ਇਹ ਸਫਲਤਾ ਦੇ ਪਿੱਛੇ ਕਮਿਊਨਿਟੀ ਇਹ ਸਭ ਦੇ ਮੀਡੀਆ ਔਰ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਔਰ ਅਨਐਕਸਪੈਕਟਡ ਇਹਨਾਂ ਲੋਕਾਂ ਦਾ ਹੋਣਾ ਔਰ ਸੋਲਡ ਕਰਨਾ ਇਸ ਬਿਗ ਅਚੀਵਮੈਂਟ ਬਿਕੋਜ਼ ਆਫ ਦ ਕਮਿਊਨਿਟੀ ਬਿਕੋਜ਼ ਆਫ ਦ ਮੀਡੀਆ ਗਾਉਂਦਾ ਪੰਜਾਬ ਵੱਲੋਂ ਕਰਵਾਇਆ ਗਿਆ ਪੰਜਾਬੀ ਵਿਰਸਾ ਡੇ 2012 'ਚ ਲੋਕਾਂ ਨੇ ਭਰਪੂਰ ਆਨੰਦ ਮਾਣਿਆ ਰੱਜ ਕੇ ਆਨੰਦ ਮਾਣਿਆ ਜੋ ਵਿਲੱਖਣ ਗੱਲ ਇਹ ਸੀ ਕਿ ਜਿੱਥੇ ਇੱਕ ਪਾਸੇ ਸੀਨੀਅਰ ਆਰਟਿਸਟ ਨੇ ਸਾਡੇ ਬਜ਼ੁਰਗਾਂ ਦਾ ਬਹੁਤ ਮਨੋਰੰਜਨ ਕੀਤਾ ਉੱਥੇ ਨਾਲ ਨਾਲ ਸਾਡੇ ਇੱਥੋਂ ਦੇ ਜੰਮੇ ਪਲੇ ਬੱਚਿਆਂ ਜਿਹਨਾਂ ਨੂੰ ਪੰਜਾਬੀ ਦਾ ਬਹੁਤਾ ਗਿਆਨ ਨਹੀਂ ਉਹਨਾਂ ਨੂੰ ਵੀ ਆਪਣੇ ਨਾਲ ਜੋੜੀ ਰੱਖਿਆ ਕਿ ਇਸੇ ਕਰਕੇ ਇਹਦੇ 'ਚ ਕੋਈ ਯੰਗ ਆਰਟਿਸਟ ਵੀ ਸ਼ਾਮਿਲ ਕੀਤੇ ਗਏ ਸਨ ਸੋ ਕੁੱਲ ਮਿਲਾ ਕੇ ਪੰਜਾਬੀ ਵਿਰਸਾ 2012 ਇੱਕ ਕਾਮਯਾਬ ਪੰਜਾਬੀ ਡੇ ਇੱਕ ਕਾਮਯਾਬ ਪੰਜਾਬੀ ਮੇਲਾ ਹੋ ਨਿਬੜਿਆ ਕੈਮਰਾਮੈਨ ਵਰਿੰਦਰ ਮਹਿਥਾਂ ਦੇ ਨਾਲ ਤੇਜਵੀਰ ਸਿੰਘ ਧੁੱਗਾ ਪੀ ਟੀ ਸੀ ਨਿਊਜ਼ ਟੋਰਾਂਟੋ ਕੈਨੇਡਾ